माया रहता है तो देता नहीं हो, है तो शरीर तो हैगा वो दाजू, पर शरीर होंदे हुए भी हो निर्जन माया तो रहता है। पेद ने जानो मानस दे हर पुरख निरंजन, जेड़ा हर पुरख निरंजन है, जेड़े ना अपनी मर्जी त्यागती ना, मर्जी कादे वास्ते है साड़ी, मर्जी साड़ी महज शरीर वास्ते है, जे शरीर ना होवे साड़ी कोई मर्जी नहीं, शरीर है दिया लोड़ा ने, लोड़ा ने उदी इच्छा उठती है, इच्छा पिछे ही फिर खो खिचा साडे च पैदा होगी, लोह पैदा हो गया, हो गया वो हो गया, अब मेरे है तेरा मैं बड़ा मेरी अकल वधिया है, जिवें मैं कहना मेरी मगर लगो, ये बद्दा 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 सब कुछ होया है। जो परमेश्वर दे मगर लग जाइए, सच मगर लग जाइए, अपनी मर्जी अंतरात्मा दे अनुसार जे कुम करन सारे कोई रौला झगड़ा है ही नहीं, हक इंसाफ ते मुसलमान कहते जे सारे आ जाण कोई रौले झगड़े वाली कोई गल है नहीं, सारिया मतां कह दियां पर आउंदे कोई भी नहीं, कहते सारे ही ने, जानते भी सारे ने, पर मन्ने कौन, मन्न करी गल अड़ी है, जानते सब ने, जिन्हें अपनी मर्जी त्यागती ना, इच्छा त्यागती, परमेश्वर ने दे पिछे हो गया, जो दवे देवे सो खाओ, ज्यो रखे त्यो रही है, ज्यो चलाए त्यो चलना सौ भी, ए मर्जी त्यागी हुई है, मरिया होया या जिंदा होया हो, बस ओ कौन है, ओ पुरख निरंजन है, फिर हो उस पुरख नु क्या निरंजन है, उन्हें हरका सेव कह हो सो हर जेहा भेद न जानो मनुष देहा, ਉਹਦਾ ਉਸ ਨੂੰ ਕਿਹਾ ਜਿਉਂ ਬਣ ਫਲ ਪੱਕ ਹੈ ਭੋਜ ਕਰੇ, ਇੱਥੋਂ ਪੱਕ ਗਿਆ ਤਿਰਕੁੱਡੀ ਚੋਂ ਬਣ, ਇਹ ਦਰਖਤ ਰੂਪ ਲੱਗਿਆ ਅਸੀਂ ਫਲ, ਇਹ ਸਰੀਰਕ ਬਿਰਛ ਹੈ ਮਾਇਆ ਦਾ, ਇਹਨੂੰ ਲੱਗਿਆ ਫਲ ਜੀਵਾਤਮਾ, ਫਲ ਗਿਆ ਪੱਕ, ਮਾਇਆ ਕੱਚੀ ਛੱਡਤੀ, ਸਰੀਰ ਕੱਚਾ ਛੱਡਤਾ, ਭੋਜ ਗਿਰ ਗਿਆ ਹਿਰਦੇ ਚ ਗਿਰ ਗਿਆ, ਪੱਕੇ ਸੇਤੀ ਖੇਲਣ ਲੱਗ ਗਿਆ, ਉੱਥੇ ਪੱਕੇ ਸੇਤੀ ਖੇਲਦਾ ਫਿਰ ਖੇਲਦਾ ਹੈ ਅੰਤਰਾਤਮਾ ਆਪਣੇ ਮੂਲ ਨਾਲ, ਫਿਰ ਆਪਣੇ ਮੂਲ ਨਾਲ ਜੁੜ ਕੇ ਖੇਲਦਾ ਬਾਜੀ, ਬਾਕੀ ਦੀ ਬਾਜੀ ਜ਼ਿੰਦਗੀ ਦੀ ਬਾਜੀ ਆਪਣੇ ਮੂਲ ਨਾਲ ਰਲ ਕੇ ਖੇਲਦਾ। ਸੋ ਪੁਰਖ ਨਿਰੰਜਣ, ਕੌਣ ਪੁਰਖ ਨਿਰੰਜਣ, ਹਰ ਪੁਰਖ ਨਿਰੰਜਣ, ਜਿਹੜਾ ਹਰ ਪੁਰਖ ਨਿਰੰਜਣ ਦੇ ਵਰਗਾ ਹੈ ਉਹਦੇ ਨਾਲ ਜੁੜ ਗਿਆ, ਉਹ ਪੁਰਖ ਨਿਰੰਜਣ, ਹਰ ਪੁਰਖ ਨਿਰੰਜਣ ਜਿੱਥੇ ਹੈ ਅੰਤਰਾਤਮਾ ਦੇ ਨਾਲ ਜੁੜ ਗਿਆ, ਜਿਹੜਾ ਆਪਣੇ ਮੂਲ ਨਾਲ ਜਾ ਕੇ ਜੁੜ ਗਿਆ ਉਹ ਪੁਰਖ ਵੀ ਉਹਦੇ ਵਰਗਾ ਹੀ ਹੈ, ਨਿਰੰਜਣ ਹੀ ਹੈ ਉਹ। ਤ੍ਰਿਕੁਟੀ ਛੁੱਟਿਆ ਦਸਵਾਂ ਦੁਆਰ ਖੁੱਲਿਆ, ਤ੍ਰਿਕੁਟੀ ਛੁੱਟ ਗਈ ਦਸਵਾਂ ਦੁਆਰ ਖੁੱਲ ਗਿਆ, ਉਹ ਨਿਰੰਜਣ ਹੋ ਗਿਆ ਉੱਥੇ ਜਾ ਕੇ। ਹਰ ਅਗਮ ਅਗਮ ਅਪਾਰਾ, ਹਰ ਜਿਹੜਾ ਹੈਗਾ ਉਹ ਤਾਂ ਅਗਮ ਅਗਮ ਹੁੰਦਾ, ਜਿੱਥੇ ਮਨੁੱਖੀ ਬੁੱਧੀ ਜਿਹਨੂੰ ਨਾ ਬੁੱਝ ਸਕੇ ਨਾ ਪਛਾਣ ਸਕੇ, ਮਨੁੱਖੀ ਬੁੱਧੀ ਹਰ ਉਹਨੂੰ ਕਹਿੰਦੇ ਨੇ ਅਗਮਾ ਅਗਮ ਅਗਮ, ਬਹੁਤ ਸਾਰੀਆਂ ਚੀਜ਼ਾਂ ਮਾਇਆ ਚ ਵੀ ਨੇ ਸਾਡੀ ਬੁੱਧੀ ਤੋਂ ਪਰੇ, ਮਾਇਆ ਵਿੱਚ ਵੀ ਬਹੁਤ ਕੁਛ ਹੈ ਜਿਹੜਾ ਸਾਡੀ ਮਨੁੱਖੀ ਬੁੱਧੀ ਤੋਂ ਪਰੇ, ਖੋਜ ਹੋ ਰਹੀ ਹੈ ਮਾਇਆ ਦੀ ਰੋਜ਼, ਇਸ ਕਰਕੇ ਜੋ ਕੁਛ ਮਾਇਆ ਚ ਅਗਮ ਹੈ ਉਹ ਤੋਂ ਗਾਹਾਂ ਹੈ ਉਹ ਅਗਮ, ਅਗਮ ਅਗਮ ਅਪਾਰਾ, ਜੋ ਕੁਛ ਮਾਇਆ ਚ ਸਾਡੀ ਬੁੱਧੀ ਤੋਂ ਪਰੇ ਹੈ, ਜੇ ਸਾਰੀ ਵੀ ਮਾਇਆ ਦੀ ਖੋਜ ਕਰ ਲਵੇ ਆਦਮੀ ਉਹ ਹਰਦਾ ਤਾਂ ਨਹੀਂ ਪਤਾ ਲੱਗਦਾ, ਜੇ ਮਾਇਆ ਦੀ ਟੋਟਲ ਖੋਜ ਕਰ ਲਵੇ ਹਰ ਉਦੋਂ ਅੱਗੇ ਹੈ, ਫਿਰ ਉਹ ਅਗਮਾ ਅਗਮ, ਔਰ ਮਾਇਆ ਦਾ ਪਾਰ ਹੈ ਉਹ ਅਪਾਰ ਹੈ, ਜੋਤ ਅਪਾਰਾ ਹੈ, ਜੋਤ ਦਾ ਪਰਲਾ ਪਾਸਾ ਨਹੀਂ ਹੈ, ਕੋਈ ਜੰਮਦੀ ਮਰਦੀ ਹੋ ਰਹੀ ਹੈ, ਇਹਦਾ ਆਦੰਤ ਹੈ ਮਾਇਆ ਦਾ, ਮਾਇਆ ਦੇ ਰੂਪ ਦਾ ਆਦੰਤ ਹੈ, ਉਹਦਾ ਆਦੰਤ ਨਹੀਂ ਹੈ, ਨਾ ਉਹਦਾ ਅੰਤ ਹੈ ਨਾ ਉਹਦਾ ਆਦ ਹੈ।
ਇਸ ਕਰਕੇ ਅਪਾਰਾ ਉਹ ਸਭ ਤੇ ਆਵੈ ਸਭ ਤੇ ਆਵੈ ਤੁਦ ਜੀ ਹਰ ਸੱਚੇ ਸਿਰਜਣ ਹਾਰਾ ਹੁਣ ਧਿਆਉਂਦੇ ਤੇ ਸਾਰੇ ਹਰ ਰੂਹ ਨੇ ਤੈਨੂੰ ਇਹ ਧਿਆਉਂਦੇ ਨੇ ਨਿਰਾਕਾਰ ਨੂੰ ਪਰ ਧਿਆਉਂਦੇ ਬਾਹਰ ਨੂੰ ਧਿਆਨ ਰੱਖਦੇ ਨੇ ਫਿਰ ਦਾ ਤੂੰ ਅੰਦਰ ਇੱਥੇ ਹੀ ਫਰਕ ਹੈ ਗੁਰਮਤ ਦਾ ਬਾਕੀ ਮਤਾਂ ਦਾ ਉਹ ਬਾਹਰ ਮੰਨੀ ਬੈਠੇ ਨੇ ਹੈ ਤੂੰ ਅੰਦਰ ਤੇ ਤੂੰ ਸਾਹ ਲੈ ਰਿਹਾ ਤਾਂ ਸਰੀਰ ਜਿਉਂਦਾ ਬਸ ਜਿੱਥੇ ਸਾਹ ਆਉਂਦਾ ਉੱਥੇ ਬੈਠਾ ਇਹ ਕਿੱਥੇ ਦੱਸਿਆ ਇਹ ਦੱਸਿਆ ਦੱਖਣਿਆਂ ਦੇ ਵਿੱਚ ਨਾਨਕ ਬੈਠਾ ਪੱਖੇ ਪਾਓ ਲੰਬੇ ਸੇਵੇ ਦੜਖੜਾ ਉਹਦਾ ਬੈਠਾ ਪੱਖੇ ਪਾਓ ਹੈ ਨਾ ਹਵਾ ਸਾਹ ਲੈਂਦਾ ਉਹੀ ਤਾਂ ਹੈ ਉਹ ਸਾਹ ਅਸੀਂ ਤਾਂ ਸਮਝਦੇ ਸਾਹ ਕਿਵੇਂ ਹੁੰਦਾ ਕੌਣ ਲੈਂਦਾ ਸਾਹ ਉਹੀ ਲੈਂਦਾ ਸਾਹ ਲੈਂਦੀ ਸਭ ਲਵਾਇਆ ਸੱਸ ਉਹ ਲੈਂਦਾ ਤਾਂ ਸਾਹ ਆਉਂਦਾ ਉਹ ਤਾਂ ਸੌਂਦਾ ਹੀ ਨਹੀਂ ਸਤਿਗੁਰ ਜਾਗਦਾ ਹੈ ਤੇ ਉਹ ਬੋਲੀ ਮਾਰਣੀ ਹੈ ਉਹ ਤਾਂ ਜਾਗਤ ਜੋ ਤਾਂ ਜਾਗਦਾ ਜਾਗਤ ਜੋ ਤਾਂ ਜਾਗਦਾ ਹੀ ਰਹਿੰਦਾ ਉਹ ਸੌਂਦਾ ਨਹੀਂ ਸੌ ਗਿਆ ਤਾਂ ਮਰ ਗਿਆ ਜਿਹੜਾ ਸੌ ਗਿਆ ਉਹ ਮਰ ਗਿਆ ਜੋਤ ਮਰਦੀ ਨਹੀਂ ਹੁੰਦੀ ਸੌਂਦੀ ਉਹ ਹੁੰਦੀ ਹੈ ਇਹਦਾ ਸੌਣਾ ਹੀ ਮਰਨਾ ਮੰਨਿਆ ਹੋਇਆ ਦੀਵਾ ਬੁਝ ਗਿਆ ਦੀਵਾ ਤਾਂ ਹੈਗਾ ਬੱਤੀ ਵੀ ਹੈਗੀ ਤੇਲ ਵੀ ਹੈਗਾ ਬੁਝਿਆ ਹੋਇਆ ਹੀ ਹੈ ਜੇ ਦੀਵਾ ਬੁਝ ਗਿਆ ਤਾਂ ਇਹਦਾ ਮਤਲਬ ਇਹ ਦੀਵਾ ਖਤਮ ਤਾਂ ਨਹੀਂ ਹੋ ਗਿਆ ਬੁਝ ਗਿਆ ਬਸ ਲਾਈਟ ਆਫ ਕਰਤੀ ਬਲਬ ਵੀ ਹੈਗਾ ਤਾਰ ਵੀ ਹੈਗੀ ਸਭ ਕੁਛ ਹੈਗਾ ਸੁਚ ਆਫ ਹੋ ਗਈ ਸੁਚ ਆਨ ਹੋ ਜੂਗੇ ਜਲਪੂ ਇਹਦੀ ਸੁਚ ਆਫ ਆਨ ਹੁੰਦੀ ਹੋਰ ਕੁਛ ਨਹੀਂ ਹੈ ਤੇ ਲਾਈਟ ਕਿੱਥੋਂ ਆਉਣੀ ਹੈ ਲਾਈਟ ਜਿਹੜਾ ਸਾਹ ਆਉਂਦਾ ਉਹ ਚੋ ਹੀ ਆਉਣੀ ਹੈ ਲਾਈਟ ਤਾਂ ਸੁਚ ਆਨ ਆਫ ਉਹੀ ਕਰਦਾ ਇਹ ਤਾਂ ਸਰ ਬੁਝਦਾ ਜਗਦਾ ਹੀ ਹੈ ਦੀਵਾ ਉਹ ਜਾਗਦਾ ਤੇ ਉਹ ਹੈ ਇਹ ਜਗਦਾ ਬੁਝਦਾ ਬਸ ਕਦੇ ਜਗਦਾ ਕਦੇ ਨਹੀਂ ਜਗਦਾ ਜਿੰਨਾ ਚਿਰ ਜਾਗਦਾ ਆਪਾਂ ਕਹਿੰਦੇ ਜਾਗਦੇ ਦੇਖੋ ਦੁੱਧ ਨੂੰ ਵੀ ਕਹਿੰਦੇ ਜਾਗ ਲਾ ਦੋ ਦੁੱਧ ਨੂੰ ਜਾਂ ਦਹੀਂ ਜਮਾਉਂਦੇ ਜਾਗ ਨਹੀਂ ਕਹਿੰਦੇ ਲਾ ਦੋ ਉਹ ਤਾਂ ਮੱਖਣ ਜੋ ਅਡਾਉਂਦਾ ਫਿਰ ਉਦੋਂ ਦੁੱਧ ਵੀ ਜਾਂ ਜਾਗਦਾ ਜੋ ਸੁੱਤਾ ਪਿਆ ਉਹ ਵੀ ਮੱਖਣ ਵਿੱਚ ਪਤਾ ਹੀ ਨਹੀਂ ਕਿੱਥੇ ਹੈ ਜਦ ਇਹ ਜਾਗਦਾ ਅਡਾਉਂਦਾ ਸਰੀਰ ਨੂੰ ਫਿਰ ਇਹ ਵੀ ਇਹ ਚ ਪ੍ਰਕਿਰਿਆ ਉਹੀ ਚੱਲਦੀ ਹੈ ਜੋ ਦੁੱਧ ਚੱਲਦੀ ਹੈ ਦੁੱਧ ਵੀ ਚੱਲਦੀ ਹੈ ਨਾ ਪ੍ਰਕਿਰਿਆ ਦੁੱਧ ਫਟਦਾ ਜੰਮਦਾ ਐਂ ਜੰਮਦਾ ਜਿੱਦਾਂ ਜਿਵੇਂ ਗਾਰਾ ਜੰਮਿਆ ਹੁੰਦਾ ਗਾੜਾ ਜਿਹਾ ਉਹੀ ਦੁੱਧ ਹੁੰਦਾ ਖੱਟਾ ਦਾ ਜਰਾ ਖਲਾਉਣੇ ਜਾਮ ਕਿਉਂ ਹੋ ਜਾਂਦਾ ਐਵੇਂ ਜਾਗਦੇ ਸਾਰ ਮਨ ਜਾਮ ਹੋ ਜਾਂਦਾ ਟਿਕ ਜਾਂਦਾ ਦੁੱਧ ਨਹੀਂ ਨਾ ਟਿਕਦਾ ਜੇ ਭਾਂਡਾ ਹਲਾਈਏ ਟਿਕਿਆ ਹੀ ਰਹਿੰਦਾ ਨਾ ਦਹੀਂ ਦਾ ਥੋੜਾ ਬਹੁਤਾ ਜੇ ਹਲਾਈਏ ਭਾਂਡੇ ਨੂੰ ਦਹੀਂ ਟਿਕਿਆ ਹੋਇਆ ਐ ਜਾਗਦੀ ਸਾਰ ਜਰਾ ਕੇ ਜਾਗਦੀ ਸਾਰ ਹੈ ਨਾ ਜਾਗ ਲੱਗਦਾ ਇਹਨੂੰ ਜਾਗ ਕਾਹਦਾ ਲੱਗਦਾ ਇਹਨੂੰ ਜਾਗ ਲੱਗਦਾ ਗੁਰਬਾਣੀ ਦਾ ਜੇ ਤਾਂ ਦੁੱਧ ਦੇ ਵਿੱਚ ਜਾਗ ਹੋ ਜਾਏ ਮਿਕਸ ਫਿਰ ਤਾਂ ਦੁੱਧ ਜਾਂਦਾ ਜੰਮ ਪਰ ਜੇ ਜਰਾਕ ਵੀ ਫਰਕ ਰੱਖੀਏ ਨਾ ਇੱਕ ਦੇ ਹੋਰ ਸ਼ੀਸ਼ੀ ਚ ਪਾ ਕੇ ਦੁੱਧ ਵਿੱਚ ਘੁਮਾ ਕੇ ਫਿਰ ਪਰੇ ਕਰ ਦਈਏ ਫਿਰ ਅਸਰ ਨਹੀਂ ਹੁੰਦਾ ਉਹ ਗੁਰਬਾਣੀ ਦੇ ਵਿੱਚ ਮਿਕਸ ਹੋ ਜਾਂਦੀ ਹੈ ਮਨ ਦੇ ਤਾਂ ਹੀ ਅਸਰ ਕਰਦੀ ਹੈ ਜੇ ਕੋ ਖਾਵਾ ਜੇ ਕੋ ਪੁੱਛਾ ਪੁੱਛੇ ਦੇ ਅਸਰ ਹੋਣਾ ਜਾਗਦਾ ਫਿਰ ਇਹ ਵੀ ਜਾਗ ਪੈਂਦਾ ਜਾਗ ਲਿਓ ਰੇ ਮਨਾ ਜਾਗ ਪਰ ਫਿਰ ਕੀ ਹੈ ਫਿਰ ਸਰੀਰ ਚੋਂ ਫਿਰ ਥੋੜਾ ਜਿਹਾ ਰੜਕਿਆ ਤੇ ਮੱਖਣ ਅੱਡ ਲੱਸੀ ਅੱਡ ਹਾਂਜੀ ਸਭ ਤੇ ਆਵੈ ਸਭ ਤੇ ਆਵੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਤੇ ਆਵੈ ਸਭ ਤੇ ਆਵੈ ਤੁਧ ਜੀ ਹੈ ਸੱਚੇ ਸਿਰਜਣ ਹਾਰਾ ਸਿਰਜਣ ਹਾਰਾ ਕਿਉਂਕਿ ਦੇਖੋ ਰਚਣ ਹਾਰਾ ਨੀ ਉਹ ਸਿਰਜਣ ਹਾਰਾ ਜਿਹੜਾ ਸਾਹ ਲੈਂਦਾ ਅੱਧਾ ਇਹ ਸਿਰਜਣ ਹਾਰਾ ਅੱਧਾ ਰਚਣ ਹਾਰਾ ਦੋ ਲਫ਼ਜ਼ ਨੇ
ਪੱਟੀ ਗਿਆ ਨੇ ਪੰਡਤਾਂ ਨੇ ਵਿਦਵਾਨਾਂ ਨੇ ਸਿਰਜਣਹਾਰਾ ਰਚਣਹਾਰਾ ਇੱਕੋ ਸਮਝੇ ਹੋਏ ਰਚਣਹਾਰਾ ਸਿਰਜਣਹਾਰਾ ਇੱਕ ਸਮਝੇ ਹੋਏ ਇਹਨਾਂ ਨੇ ਇਹਨਾਂ ਨੂੰ ਇੰਨਾ ਨਹੀਂ ਪਤਾ ਰਚਣਹਾਰਾ ਉਹ ਹੈ ਜਿਹੜਾ ਮਾਇਆ ਚ ਰਚਿਆ ਹੋਇਆ ਉਹ ਜੀਵ ਹੈ ਫਿਰ ਸਿਰਜਣਹਾਰਾ ਉਹ ਹੈ ਜਿਹਨੇ ਇਹਨੂੰ ਦੱਸਿਆ ਵੀ ਰਚਣਾ ਐ ਹੈ ਆਪ ਪਰੇ ਖੜਾ ਇੱਕ ਰਚ ਰਿਹਾ ਇੱਕ ਉਹਨੂੰ ਦੱਸ ਰਿਹਾ ਰਚਣਾ ਕਿਵੇਂ ਹੈ ਇੱਕ ਘੁਲ ਰਿਹਾ ਇੱਕ ਉਹਨੂੰ ਘੁਲ ਨੂੰ ਦੱਸ ਰਿਹਾ ਘੁਲਣਾ ਇੱਕ ਤਾਂ ਮਾਇਆ ਵਿੱਚ ਘੁਲ ਰਿਹਾ ਮਿਕਸ ਹੋ ਰਿਹਾ ਮਾਇਆ ਵਿੱਚ ਲੀਨ ਹੋ ਰਿਹਾ ਇੱਕ ਉਹਨੂੰ ਦੱਸ ਰਿਹਾ ਯੁਕਤੀ ਉਹ ਪਰੇ ਵਾਲਾ ਤਾਂ ਮੰਤਰ ਦੱਸ ਰਿਹਾ ਯੁਕਤੀ ਦੱਸ ਰਿਹਾ ਆਪ ਨੀ ਉਹ ਸਿਰਜਣ ਹਾਰਾ ਤਾਂ ਰਚਣਹਾਰਾ ਇਹ ਆਪ ਹੈ ਜਾਂ ਕਿਵੇਂ ਪਤਾ ਲੱਗਿਆ ਵੀ ਰਚਣਹਾਰਾ ਅੱਡ ਹੁੰਦਾ ਜੈ ਬਰਭੰਡ ਪਿੰਡ ਤੈ ਨਾਹੇ ਜਿੱਥੇ ਬਰਭੰਡ ਔਰ ਪਿੰਡ ਨਹੀਂ ਹੁੰਦੇ ਨਾ ਬਰਭੰਡ ਮਾਇਆ ਬਰਭੰਡ ਲਫ਼ਜ਼ ਬ੍ਰਹਮੰਡ ਤਾਂ ਆਪ ਰਚਣਹਾਰਾ ਬ੍ਰਹਮੰਡ ਇਹਨਾਂ ਨੂੰ ਇਹ ਵੀ ਨਹੀਂ ਪਤਾ ਬਰਭੰਡ ਔਰ ਬ੍ਰਹਮੰਡ ਦਾ ਕੀ ਫਰਕ ਹੈ ਜੈ ਬਰਭੰਡ ਮਾਇਆ ਪਿੰਡ ਸਰੀਰ ਪਿੰਡ ਬਰਭੰਡ ਤੋਂ ਹੀ ਬਣਨਾ ਤੈ ਨਾਹੀ ਜਿੱਥੇ ਹੁੰਦਾ ਨੀ ਨਾ ਰਚਣਹਾਰ ਤੈ ਨਾਹੀ ਉਹਨਾਂ ਫਿਰ ਰਚਣਹਾਰ ਵੀ ਨਹੀਂ ਹੁੰਦਾ ਮਾਇਆ ਹੋਊ ਤਾਂ ਹੀ ਉਹ ਘਰ ਬਣਾਊਗਾ ਫਿਰ ਰਚਣਹਾਰ ਵੀ ਨਹੀਂ ਹੁੰਦਾ ਮਨ ਹੁੰਦਾ ਹੀ ਨਹੀਂ ਜੀਵ ਵੱਖਰਾ ਕਾਹ ਕਿੱਥੇ ਰਹੂਗਾ ਆਸਰਾ ਕੀ ਬਣਾਊਗਾ ਵੱਖਰਾ ਹੋ ਕੇ ਬੈਠੂਗਾ ਤੇ ਮਨ ਉੱਡ ਕੇ ਬੈਠਣ ਨੂੰ ਜਗ੍ਹਾ ਹੋਊ ਤਾਂ ਬੈਠੂ ਉੱਡੇ ਨਾ ਹੰਸਾ ਪਰੇ ਨਾ ਕੰਧ ਜੇ ਕੰਧ ਹੈ ਤਾਂ ਉੱਡੂਗਾ ਜੇ ਕੰਧੇ ਨਹੀਂ ਹੈ ਉੱਡੂ ਕਿਵੇਂ ਜੇ ਇਹਨੂੰ ਕੁਛ ਦੇਖਣ ਨੂੰ ਹੈ ਤਾਂ ਉਹਦੀ ਆਸਾ ਪੈਦਾ ਹੁੰਦੀ ਹੈ ਫਿਰ ਦੇਖੇ ਉਪਜੇ ਨਹੀਂ ਆਸਾ ਦੇਖਣ ਨੂੰ ਹੈ ਨੀ ਕੁਛ ਤੇ ਆਸਾ ਕਿੱਥੋਂ ਪੈਦਾ ਹੋਣੀ ਇੱਛਾ ਕਿੱਥੋਂ ਪੈਦਾ ਹੋਣੀ ਇੱਛਾ ਹੀ ਇਹਨੂੰ ਅਲੱਗ ਕਰਦੀ ਹੈ ਇੱਛਾ ਹੀ ਵੱਖਰਾ ਕਰਦੀ ਹੈ ਇੱਛਾ ਖਤਮ ਹੋਈ ਫਿਰ ਇੱਕ ਹੋ ਜਾਂਦਾ ਹੈ ਇੱਛਾ ਖਤਮ ਹੋਣਾ ਇੱਕ ਹੋ ਜਾਂਦਾ ਇੱਛਾ ਦੋ ਕਰ ਦਿੰਦੀ ਹੈ ਜੈ ਬਰਭੰਡ ਪਿੰਡ ਬਰਭੰਡ ਪਿੰਡ ਇਕੱਠਾ ਹੀ ਹੈ ਬਰਭੰਡ ਵਾਲਾ ਪਿੰਡ ਸਰੀਰ ਤੈ ਨਾ ਹੀ ਰਚਣਹਾਰ ਤੈ ਨਾ ਹੀ ਰਚਣਹਾਰ ਵੀ ਨਹੀਂ ਹੁੰਦਾ ਉਹਨੂੰ ਇਹ ਤਾਂ ਉਹਨਾਂ ਰਚਣਾ ਜੀਵ ਹੋਇਆ ਨਾ ਫਿਰ ਸਿਰਜਣਹਾਰ ਕੌਣ ਹੈ ਸਿਰਜਣਹਾਰ ਨਾਲ ਦਾ ਹੁੰਦਾ ਇਹਦਾ ਮੂਲ ਸਿਰਜਣਹਾਰ ਹੈ ਇਹ ਆਪ ਰਚਣਹਾਰ ਹੈ ਜਿਹੜਾ ਸਰੀਰ ਚ ਬੋਲਦਾ ਰਚਣਹਾਰ ਹੈ ਮਨ ਕਰਕੇ ਰਚਣਹਾਰ ਹੈ ਚਿੱਤ ਕਰਕੇ ਸਿਰਜਣਹਾਰ ਹੈ ਇਹ ਇੱਕੋ ਹੀ ਹੈ ਆਪੇ ਆਪੇ ਰਚਣਹਾਰ ਹੈ ਆਪੇ ਸਿਰਜਣਹਾਰ ਹੈ ਦੋਹਾਂ ਸਿਰਾਂ ਕਾ ਆਪੇ ਸੁਆਮੀ ਹੈ ਰਚਣਹਾਰ ਵੀ ਆਪ ਹੈ ਸਿਰਜਣਹਾਰ ਵੀ ਆਪ ਹੈ ਜਦ ਇਹ ਇੱਕ ਸ਼ਬਦ ਸੂਰਤ ਹੋ ਜਾਂਦਾ ਫਿਰ ਸਿਰਜਣਹਾਰ ਨਾ ਰਹਿੰਦਾ ਨਾ ਰਚਣਹਾਰ ਰਹਿੰਦਾ ਫਿਰ ਇਹ ਅਲੱਗ ਹੋ ਜਾਂਦਾ ਫਿਰ ਇਹ ਸੱਚਖੰਡ ਚਲਾ ਜਾਂਦਾ ਫਿਰ ਹੋਰ ਇਹਨਾਂ ਦਾ ਜਿਹੜੇ ਬਿਮਾਰ ਨੇ ਨਾ ਇਹਨਾਂ ਵਾਸਤੇ ਕੁਛ ਕਰਦਾ ਫਿਰ ਰਚਣਹਾਰ ਨਾ ਰਹਿੰਦਾ ਰਚਣਹਾਰ ਤਾਂ ਬਿਮਾਰ ਹੈ ਨਾ ਰਚਣਾ ਕਾਹਦੇ ਕੋਈ ਡਿਵੈਲਪਮੈਂਟ ਵਾਸਤੇ ਰਚਣਾ ਸਰੀਰ ਕਾਹਦੇ ਵਾਸਤੇ ਧਾਰਨ ਕਰਨਾ ਕਮੀ ਹੈ ਜਾਂ ਕਮੀ ਰਹਿੰਦੀ ਨੀ